ਇਹ ਨੌਜਵਾਨ ਸਾਡੇ ਸਾਰਿਆਂ ਦੇ ਸਾਹਮਣੇ ਖੜਾ ਹੈ, ਤੁਸੀਂ ਇਹਨਾਂ ਨੂੰ ਦੇਖ ਰਹੇ ਹੈ। ਇਹ ਕੋਈ ਆਮ ਸ਼ਖਸੀਅਤ ਨਹੀਂ ਹੈ ਵੀ ਇਹ ਕੋਈ ਅਨਪੜ੍ਹ ਇਨਸਾਨ ਉੱਠ ਕੇ ਖੜਾ ਹੋ ਗਿਆ ਜਾਂ ਕਿੱਦਾਂ। ਇਹ ਟ੍ਰਿਪਲ ਏ ਮੈਨ ਸਨ ਔਰ ਇਹ ਇਨਸਾਨ ਅੱਜ ਵੀ ਪਟਿਆਲਾ ਯੂਨੀਵਰਸਿਟੀ 'ਚ ਪੜ੍ਹ ਰਿਹਾ ਹੈ, ਠੀਕ ਹੈ ਜੀ, ਮਿਊਜ਼ਿਕ ਦੀ ਐੱਮ ਏ ਕਰ ਰਿਹਾ ਔਰ ਸਭ ਤੋਂ ਪਹਿਲਾਂ ਸੰਘਰਸ਼ ਇਹਨੇ ਸ਼ੁਰੂ ਕੀਤਾ ਸੀ ਜੀ ਪੰਜਾਬੀ ਬੋਲੀ ਵਾਲਾ। ਆਪਣਾ ਪੰਜਾਬੀ ਬੋਲੀ ਵਾਲਾ ਜਿਹੜਾ ਸੰਘਰਸ਼ ਇਹਨਾਂ ਨੇ ਲੱਖਾਂ ਸਧਾਰਨਾਂ ਨਾਲ ਮਿਲ ਕੇ ਕੀਤਾ ਸੀ ਔਰ ਉਸ ਦੌਰਾਨ ਇਹਨਾਂ 'ਤੇ ਪਰਚੇ ਵੀ ਪਏ, ਬਹੁਤ ਸਾਰੇ ਕੇਸਾਂ 'ਚ ਵੀ ਰਹੇ। ਅਤੇ ਮੈਂ ਚਾਹੂੰਗਾ ਅੱਜ ਵਿਚਾਰ ਸਾਂਝੇ ਕਰਨਗੇ ਤੁਹਾਡੇ ਨਾਲ ਰਾਜਵਿੰਦਰ ਜੀ। ਕੇਵਲ ਪੰਜਾਬੀ ਬੋਲੀ ਨਹੀਂ, ਇਹ ਜਿਹੜਾ ਸਾਡਾ ਪੋਲਿਊਸ਼ਨ ਹੋ ਰਿਹਾ ਜਾਂ ਵਾਤਾਵਰਨ ਹੈ, ਇੱਕ ਬੋਹੜ ਦਾ ਦਰਖਤ ਵੱਢ ਰਹੇ ਸੀ, ਇਹਨੇ ਬੋਹੜ ਦਾ ਦਰਖਤ ਵੱਢਣ ਦੇ ਪਿੱਛੇ ਲੜਾਈ ਲੰਬੀ ਅਤੇ ਉਹ ਬੋਹੜ ਦਾ ਦਰਖਤ ਵੱਢਣ ਨਹੀਂ ਦਿੱਤਾ ਅਤੇ ਪਰਚੇ ਪਵਾ ਲਏ। ਸੋ ਰਾਜਵਿੰਦਰ ਵੀ ਕੋਈ ਸ਼ਖਸੀਅਤ ਦਾ ਮਾਲਕ ਹੈ ਉਹ ਜੀ। ਸੋ ਦੋਸਤੋ, ਗੱਲ ਇਹ ਹੈ ਵੀ ਸਮਾਂ ਬਹੁਤ ਥੋੜ੍ਹਾ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਤਿੰਨ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆ। ਹੈਲੋ, ਹਾਂ, ਜਿਹੜੇ ਪੱਤਰਕਾਰ ਜਾਂ ਜਿਹੜੇ ਇਹ ਸਵਾਲ ਕਰਦੇ ਆ ਕਿ ਸਾਨੂੰ ਦੱਸੋ ਸਰਕਾਰ ਕਹਿੰਦੀ ਹੈ ਬਿੱਲ ਪੱਕ 'ਚ ਹੈ, ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਭਾਰਤ ਸਰਕਾਰ ਓਕੇ। ਹੈਲੋ, ਠੀਕ ਹੈ, ਇੱਕ ਤਾਂ ਬੇਨਤੀ ਹੈ ਜੀ ਨਾ ਆਪਣਾ ਸਾਊਂਡ ਚੇਂਜ ਕਰੋ ਕਿਉਂਕਿ ਕਾਫੀ ਵਾਰੀ ਪ੍ਰੋਬਲਮ ਆਉਂਦੀ ਆ। ਸੋ ਮੈਂ ਕਹਿ ਰਿਹਾ ਸੀ ਵੀ ਜਿਹੜੀ ਭਾਰਤ ਸਰਕਾਰ ਦੀ ਨੈਸ਼ਨਲ ਸਕਿੱਲ ਪੋਲਿਸੀ ਪੜ੍ਹ ਕੇ ਵੇਖੋ ਕੀ ਕਹਿੰਦੀ ਆ। ਉਹਦੇ 'ਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਲਿਖਿਆ ਹੋਇਆ ਵੀ ਅੱਜ ਹੈਲੋ ਹੈਲੋ 57% ਜਿਹੜੀ ਕਿਸਾਨ ਆ ਉਹ ਖੇਤੀ ਕਰ ਰਿਹਾ ਅੱਜ ਦਾ, ਪਰ 2022 ਦੇ ਵਿੱਚ ਉਹ ਕਹਿੰਦੇ ਅਸੀਂ 38% 'ਤੇ ਲੈ ਆਉਣਾ ਕਿਸਾਨ ਨੂੰ, ਮਤਲਬ 19% ਜਿਹੜੇ ਕਿਸਾਨ ਆ ਉਹ ਖੇਤੀ 'ਚੋਂ ਬਾਹਰ ਕਰ ਦਿੰਦੇ ਆ ਅਤੇ ਆਉਣ ਵਾਲੇ 5-7 ਸਾਲਾਂ ਦੇ ਵਿੱਚ ਹੋਰ ਵੀ ਬਾਹਰ ਕਰ ਦਿੰਦੇ ਆ। ਇਹ ਮੈਂ ਨਹੀਂ ਕਹਿੰਦਾ, ਇਹ ਭਾਰਤ ਸਰਕਾਰ ਦੀ ਨੈਸ਼ਨਲ ਸਕਿੱਲ ਪੋਲਿਸੀ ਕਹਿੰਦੀ ਆ, ਜਿਹਨੂੰ ਨਹੀਂ ਪਤਾ ਉਹ ਸਰਚ ਮਾਰ ਕੇ ਦੇਖ ਸਕਦਾ, ਸਪਸ਼ਟ ਨੀਤੀ ਹੈ ਸਰਕਾਰ ਦੀ। ਔਰ ਦੂਸਰੀ ਗੱਲ, ਜਿਹੜੀਆਂ ਕੁਛ ਘਟਨਾਵਾਂ ਹੋਈਆਂ ਮੈਂ ਉਹਨਾਂ ਦਾ ਸਿਰਫ ਵੇਰਵੇ ਸਾਂਝੇ ਕਰੂੰਗਾ ਕਿਉਂਕਿ ਡਿਟੇਲ 'ਚ ਗੱਲ ਕਰਨ ਦਾ ਸਮਾਂ ਨਹੀਂ। ਤੁਸੀਂ ਵੇਖੋ ਵੀ ਭਾਰਤ ਸਰਕਾਰ ਨੇ ਪੰਜਾਬ ਦੀਆਂ ਜਿਹੜੀਆਂ ਟ੍ਰੇਨਾਂ ਰੋਕਤੀਆਂ, ਮਾਲ ਗੱਡੀਆਂ, ਔਰ ਜਿਹੜਾ GST ਫੰਡ ਆ 9500 ਕਰੋੜ ਰੁਪਇਆ ਉਹ ਰੋਕਤਾ, ਜਦੋਂ ਕਿ ਪਰਸੋਂ ਦੀ ਗੱਲ ਹੈ 16 ਸੂਬੇ ਔਰ 3 ਕੇਂਦਰੀ ਪ੍ਰਸ਼ਾਸਿਤ ਦੇਸ਼ ਆ, ਜਿਹੜੇ ਟੋਟਲ 19 ਸੂਬਿਆਂ ਨੂੰ ਕਹਿ ਸਕਦੇ ਆਪਾਂ ਵੀ ਜਿਹੜਾ ਫੰਡ ਉਹ ਜਾਰੀ ਕਰਤਾ 6000 ਕਰੋੜ ਰੁਪਇਆ, ਪਰ ਉਹਦੇ 'ਚ ਪੰਜਾਬ ਨੂੰ ਨਹੀਂ ਕੀਤਾ। ਔਰ ਅਗਲੀ ਗੱਲ, ਜਿਹੜਾ 1050 ਕਰੋੜ ਰੁਪਇਆ ਸਾਡਾ ਡਿਵੈਲਪਮੈਂਟ ਫੰਡ ਸੀ ਉਹ ਸਾਡਾ ਰੁਕਿਆ ਪਿਆ, ਪਿੰਡਾਂ ਦਾ ਵਿਕਾਸ ਰੁਕ ਜਾਣਾ ਉਹਦੇ ਨਾਲ। ਔਰ ਅਗਲੀ ਗੱਲ, ਜਿਹੜੇ ਕਹਿੰਦੇ ਆ ਵੀ ਇਹ ਸਿਰਫ ਕਿਸਾਨ ਰੌਲਾ ਪਾ ਰਿਹਾ, ਗੁੰਮਰਾਹ ਕੀਤਾ ਜਾ ਰਿਹਾ, ਬਿੱਲਾਂ ਜਿਹੜੇ ਕਿਸਾਨਾਂ ਦੇ ਪੱਖ 'ਚ ਨੇ, ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿਆਂ ਕਿ ਪੰਜਾਬ ਮੰਡੀ ਬੋਰਡ ਦੇ ਵਿੱਚ ਤੁਹਾਡਾ ਕੋਈ ਦੋਸਤ ਹੋਣਾ, ਉਹਨਾਂ ਕੋਲ ਜਾ ਕੇ ਜਿਹੜਾ ਪ੍ਰੋਵੀਜ਼ਨਲ ਸੀਟ ਆ ਨਾ ਇੱਕ ਉਹਨਾਂ ਦੀ ਪੰਜਾਬ ਮੰਡੀ ਬੋਰਡ ਦੀ, ਉਹਨੂੰ ਚੈੱਕ ਕਰੋ। ਅੱਜ ਤੋਂ ਹੁਣ ਤੋਂ ਲੈ ਕੇ 50 ਸਾਲ ਪਹਿਲਾਂ 3% ਸਾਡਾ ਮੰਡੀ ਬੋਰਡ ਮਾਰਕੀਟ ਕਮੇਟੀ ਦੀ ਫੀਸ ਲੱਗਦੀ ਸੀ ਔਰ 3% ਜਿਹੜਾ ਸਾਡਾ ਪੇਂਡੂ ਵਿਕਾਸ ਫੰਡ ਅਤੇ 2% ਜਿਹੜੀ 2.5% ਆੜਤ ਸੀ ਕਿਸਾਨਾਂ ਦੀ, ਆੜਤੀਆਂ ਦੀ, ਟੋਟਲ 8.5% ਮਿਲਦਾ ਸੀ, ਉਹਦੇ 'ਚ ਜੀਓ ਵਰਤਾ। ਮੈਂ ਨਹੀਂ ਕਹਿੰਦਾ, ਜਿਹਦਾ ਵੀ ਕੋਈ ਦੋਸਤ ਮਿੱਤਰ ਹੈ ਉਹ ਜਾ ਕੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਜਾ ਕੇ ਉਹ ਪ੍ਰੋਵੀਜ਼ਨਲ ਸੀਟ ਆ ਜਿਹੜੀ ਉਹ ਚੈੱਕ ਕਰੋ, ਉਹਦੇ 'ਚ ਸਾਰੇ ਜਿਹੜੇ ਫੰਡ ਨੇ ਜੀਰੋ ਕਰਤੇ।
हालांकि हजे कानून बनिया हजे नोटिफिकेशन जारी होना फिर लागू होगा कानून ये हले नोटिफिकेशन जारी नहीं होया हले कानून पूरी तरह लागू नहीं होया सिर्फ बनिया इदू पहली सरकार के मन से साफ हो गए। सो इस करके जिन्हों हले भी यह लगता है भी खबड़ी ये कानून किसानों के पक्ष के बहुत बड़े भुलेखे तो जोड़ा भी कोई सवाल करूंगा इदू बाद दो तिने गलां अगले दस सकते हो भी नैशनल स्किल पॉलिसी देखो तो जी प्रोविजनल मार्कशीट है जी मंडी बोर्ड की वह वेखो उन्हें तो थोड़ा क्लीयर हो जाएगा गा। सो बाकी जिन्हें भी साढ़े साथी समा कढ़ के आया बड़े छोटे वीर उन्होंने सारे का मैं दिल दियां गहराइयां चों धन्यवाद करदा ते और उम्मीद करदा कि इस तरह आने वाले समय के जिन्हें भी पंजाब के जोड़े संघर्ष ने इस तो बाद आप 26-27 नवंबर में दिल्ली जाना दिल्ली का घेरा की गल कर रहे हैं सो उस भी बढ़ चढ़ के हिस्सा पाना तो अज आप पन करके जाइए कि असी आप तो आने ही आना साडे जिन्हें भी साथी है दोस्त मित्र कोई रिश्तेदार आंढ गुआढ़ असी उन्होंने भी प्रेरित करिए संघर्षों के लेके आईए क्योंकि जिड्डा वड्डा सरकार का हमला जिड्डी वड्डी लड़ाई है तो ओडे वड्डे लामबंदी की ओडे वड्डे संगठित रूप के सानू संघर्ष लड़ना पैना फिर कित जाके इनू आपां इन्हां कानूनां नूं ठल पा सकते हैं रोक सकते हैं तो क्योंकि तुसीं इह देख लो एक मैं लेटैसट तुहाडे नाल घटना सांझी करदा भी कल पंजाब दा मुख्यमंत्री राष्ट्रपति नूं मिलने जांदा मैं सरकार दी मनसा दसनी चाहुंदा भी की है एक स्टेट दा मुख्यमंत्री राष्ट्रपति नूं मिलने जांदा उन्होंने मिलने तो भी इनकार करता। मैं कहना मसला हल करना ना करना एक सैपरेट मैटर एक बखरी गल है पर एक स्टेट का एक सूबे का मुख्यमंत्री थोड़े को अपना दुख रोन आता गल रखने आता तुम गल सुन भी तैयार नहीं तो जी सरकार साल सुन भी तैयार नहीं वो हल की देगी ये अपने आप के सवाल आ। सो समा लगभग 4 बज चुके ने सो अपना जोड़ा अज का धरना समाप्त है। सो मैं बेनती करना भाई बलवंत अगली कार्रवाई करे। वाहगुरु जी का खालसा वाहगुरू जी की फतेह।